ਦਾ ਇਸ਼ਕ ਸਬਸਕ੍ਰਾਈਬ ਕਰੋ ਤੇ ਬੈਲ ਦੇ ਆਈਕਨ ਨੂੰ ਦਬਾ ਦਿਓ ਤਾਂ ਕਿ ਤੁਹਾਨੂੰ ਕਬੱਡੀ ਦੇ ਮੈਚ ਤੇ ਨਜ਼ਮਾਂ ਬਰ ਵਕਤ ਮਿਲਦੀਆਂ ਰਹਿਣ। ਵਸਲਾਮ ਕਪਰੂ ਦੇਸ ਪੰਜਾਬ ਦੇ ਸਾਨੂੰ ਚਾਹੇ ਕੁਲ ਜਹਾਨ ਯਾਰੋ ਚੁੰਗ ਚੁੰਗ ਬੱਚਾ ਪੂਰੀਓ ਸਾਡਾ ਬਚਪਨ ਹੋਇਆ ਜਵਾਨ ਸਾਨੂੰ ਚੱਕ ਦੀਆਂ ਨਜ਼ਰਾਂ ਵੇਂਦੀਓ ਜਦ ਅਸੀਂ ਨਿਕਲਦੇ ਵਿੱਚ ਮੈਦਾਨ ਸਾਨੂੰ ਖੌਫ ਨਹੀਂ ਆਉਂਦਾ ਮੌਤ ਕੋ ਅਸਾਂ ਵੇਖੇ ਕਈ ਕਮਸਾਨ ਆਇਆ ਵੇ ਜੀ ਮਾਂ ਕੁਝ ਇਹਦੀ ਕਿਆਦਤ ਦੇ ਵਿੱਚ ਸੋਹਣੇ ਪਲੇ ਪਤਰੇ ਛਾਂਟਵੇਂ ਸੀ ਜਦੋਂ ਮੈਦਾਨ ਦੇ ਫੌਰਨ ਮੈਚ ਸ਼ੁਰੂ ਹੋ ਜਾਣਾ ਪਹਿਲੀ ਕਬੱਡੀ ਜੀ ਤੀਸਰਾ ਮੈਚ ਜਿਹੜਾ 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 ਤੇ ਕਪੀਆ ਤੇ ਚੌਥਾ ਮੈਚ ਆਖਰੀ ਘੋੜੇ ਕੋਟ ਪੱਕਾ ਜਿਹੜਾ ਤੇ ਨੀਚਾ ਨੀਚਾ ਹਾਲਤ ਕਾਕ ਮੈਂ ਨਹੀਂ ਜਾ ਇਹ ਜੀ ਤਨਵੀਰ ਬਿੱਲੇ ਦੇ ਪਿੰਡ ਮੈਚ ਟੂਰਨਾਮੈਂਟ ਸ਼ੁਰੂ ਹੋਏ ਜੀ ਇਹ ਉਹ ਮੈਚ ਹੈ ਤੇ ਗਿੱਦੜ ਪਿੰਡੀਆਂ ਦਾ ਮੈਚ ਹੋਣਾ ਹਲੇ ਉਹ ਕੰਨੀ ਤੇ ਮਾਸਟਰ ਇਕਬਾਲ ਦਾ ਪੁੱਤ ਜਨੇਤ ਜੱਟ ਜਨੇਤ ਜੱਟਾ ਜੀ 97 ਗੰਗਾ ਰਾਣੇ ਕਾਸ਼ੀ ਖਾਨੀਆਂ ਰਾਣਾ ਸ਼ਮਸ਼ਾਦ ਖਾਨ ਮਰੂਫ ਰਾਣੇ ਨੰਨੇ ਦੀਆਂ ਮਿਹਨਤਾਂ ਇਹਨਾਂ ਮੁੰਡਾ ਦੇ ਮਗਰ ਆ ਰਾਣਾ ਅਫਜ਼ਾਨ ਨੰਬਰਦਾਰ ਰਾਣਾ ਨਿਆਜ਼ ਐਮਪੀਏ ਕਬੱਡੀ ਨੰਬਰ ਹੋ ਗਿਆ ਜੀ 33 ਚੱਕ ਦਾ ਨੰਬਰ ਹੋ ਗਿਆ ਸਤਾਰ ਨਦੀਮ ਗੁੱਜਰ ਦਾ ਨੰਬਰ 33 ਚੱਕ ਦਾ ਕਬੱਡੀ ਪਾਉਣ ਵਾਸਤੇ ਸਨੀ ਗੁੱਜਰ ਪਿੰਡ ਰੱਤੀ ਤਿੱਬੀ ਚੱਲ ਵੀ ਸ਼ਦਾਰਿਆ ਕਬੱਡੀ ਪਾਉਂਦਿਆ 97 ਕੰਗਾਲ ਅਗਲੀਆਂ ਟੀਮਾਂ ਭਾਈ ਜਾਨ 75 ਲੋਕੇ ਤੇ ਚੌਥੀ ਜਿਹੜੀ ਟੀਮ ਗਰਾਊਂਡ ਚ ਆ ਗਈ ਠੀਕ ਆ ਜਿਹੜੀ ਨਾ ਹੀ ਮੈਚ ਦੇ ਵਿੱਚ ਬੇਸ਼ੱਕ ਨਾ ਆਵੇ ਸਨੀ ਗੁੱਜਰ ਚੋਰੀ ਫਕੀਰ ਸਨ ਜੱਟ ਨੰਬਰ ਹੋ ਗਿਆ ਜੀ ਸਨੀ ਗੁੱਜਰ ਦਾ ਨੰਬਰ ਹੋ ਗਿਆ 97 ਕੰਗਾ ਦਾ 15 ਸਾਲ ਟਾਈਮ ਲਾਇਆ ਨਾ ਟਾਈਮ ਲਾਇਆ ਤਾਂ ਬਸ ਠੀਕ ਆ ਕਬੱਡੀ ਪਾਉਣ ਵਾਸਤੇ ਸ਼ਰਾਮ ਸਾਜਿਦ ਭੱਟੋ ਜਹਾਂਗੀਰ ਛੋਟਾ ਜਹਾਂਗੀਰ ਪਿੰਡਾ ਚੌਰੀ ਸ਼ਬਾਦ ਅਲੀ ਬੰਦੇਸ਼ੇ ਦਾ ਸ਼ਿਗਿਰਦਾ ਅੱਗੋਂ ਲੱਗਾ ਰਾਣਾ ਅੰਸਾ ਨੰਬਰ ਹੋ ਗਿਆ ਜੀ ਸ਼ਰਾਮ ਸਾਜਿਦ ਭੱਟੋ ਦਾ ਨੰਬਰ ਹੋ ਗਿਆ 33 ਚੱਕ ਦਾ ਕਬੱਡੀ ਪਾਉਣ ਵਾਸਤੇ ਰਾਣਾ ਅਰਫਾਨ ਚਲਾਲਾ ਸਾਉਣ ਵਾਲਿਆ ਤੂੰ ਕਿਹੜੇ ਸਿਆਪੇ ਨੂੰ ਪਾਤਾ ਸਾਨੂੰ ਮੈਨੂੰ ਕੀ ਪਤਾ ਛਾਤੇ ਨੇ ਸਾਡਾ ਇਹ ਵੀ ਜ਼ੁਲਮ ਕਰਨਾ ਰਾਣਾ ਅਰਫਾਨ 2 ਨੰਬਰ ਤੇ ਲੱਗਾ ਹੋਇਆ ਮੁੰਡਾ ਕਮਾਲਾ ਨੰਬਰ ਹੋ ਗਿਆ ਜੀ ਜਾਫੀ ਦਾ ਨੰਬਰ ਹੋ ਗਿਆ 33 ਚੱਕ ਦਾ ਨੰਬਰ ਹੋ ਗਿਆ 33 ਉਹਨੇ ਜੋ ਫੈਸਲਾ ਕਰਨਾ ਉਹੀ ਮੰਨਿਆ ਜਾਣਾ ਸਨੀ ਸਨੀ ਵੈਲਕਮ ਭਾਜੀ ਕੀ ਹਾਲ ਨੇ ਭਾਜੀ ਮੁਜਾਹਦ ਜੱਟ ਚੱਲ ਵਿਸ਼ਦਾਰਿਆ 4 ਜਾਫੀ ਰਾਣਾ ਅੰਸ ਵਰਗੇ ਹੀਰੇ ਖੜੇ ਆ ਕਿਹੜਾ 475 ਗਿੱਦੜ ਜਿੰਦੀ ਦਾ ਜਿਹੜਾ ਮੈਚ ਇਹ ਹੁਣ ਦੁਬਾਰਾ ਲਿੰਕ ਆਏਗਾ ਉਹ ਰਿਸਟਾਰਟ ਨਹੀਂ ਹੋਇਆ ਉਹ ਮੈਚ ਰਿਸਟਾਰਟ ਹੋਣਾ ਮੈਂ ਇਧਰ ਸਾਉਣ ਚ ਲਾ ਕੇ ਜਨਾ ਬੜਾ ਇਧਰ ਦੂਸਰੇ ਟੂਰਨਾਮੈਂਟ ਤੇ ਆਇਆ ਭਾਈ ਉਹਦਾ ਦੁਬਾਰਾ ਲਿੰਕ ਆਏਗਾ ਅਗਲੀ ਕਬੱਡੀ ਪਾਉਣ ਵਾਸਤੇ ਰਾਣਾ ਧਾਨੀ ਉਧਰ ਰਹਿਮਾਨ ਵੀਰ ਗਿਆ ਰਾਣਾ ਫਾਜ਼ਰ ਸਜਾਦ ਗੁੱਜਰ ਰੱਤੀ ਟਿੱਬੀ ਦਾ ਸ਼ਗਿਰਦ ਛੱਡੋ ਜੀ ਛੱਡੋ ਨੰਬਰ ਹੋ ਗਿਆ ਜੀ ਰਾਣੀ ਫਾਜ਼ਰ ਦਾ ਨੰਬਰ ਹੋ ਗਿਆ 97 ਕੰਗਾ ਦਾ ਅਗਲੀ ਟੀਮ ਆ ਯਾਰ ਅਗਲੀ ਟੀਮ ਹੈ 34 ਚੱਕ ਤੇ 75 ਲੋਕ ਤੇ ਦੋਵੇਂ ਟੀਮਾਂ ਨਵਾਜ਼ ਬਾਜਾ ਤੇ ਅਲੀ ਗੁੱਜਰ ਕਬੱਡੀ ਕਲੱਬ ਦੋਵੇਂ ਟੀਮਾਂ ਉਧਰ ਹੋ ਰਹੇ ਮੈਚ ਉਧਰ ਹੋਣਾ ਵਾਲੇ ਮੈਚ ਦੋਸਤੋ ਅਗਲਾ ਮੈਚ ਆ ਜੜਾ ਵਾਲੇ ਦਾ ਤੇ ਗੱਬੀਆਂ ਵਾਲੇ ਦਾ ਇਹ ਬਿੱਲੇ ਦੇ ਪਿੰਡ ਟੂਰਨਾਮੈਂਟ ਹੋ ਉਹਦੀ ਟੀਮ ਆ ਜੋ ਜੜਾ ਵਾਲਾ ਤੇ ਗੱਬੀਆਂ ਵਾਲਾ ਉਹਦੀ ਟੀਮ ਤਿਆਰ ਹੋ ਜੋ 15 ਮਿੰਟ ਦਾ ਇੱਕੋ ਹੀ ਹਾਫ ਆ ਕੋਈ ਹਾਫ ਟਾਈਮ ਨਹੀਂ ਕੋਈ ਵਕਫਾ ਨਹੀਂ ਜਨੇਤ ਜੱਟ ਫਿਰ ਲਗਾ ਹੋਇਆ ਜਨੇਤ ਜੱਟ ਚੱਲ 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 ਸ਼ਾਬਾਸ਼ ਚੱਲ 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 ਆ ਜਾ ਬਹੁਤ ਨੰਬਰ ਹੋ ਗਿਆ ਜੀ 33 ਚੱਕ ਦਾ ਨੰਬਰ ਹੋ ਗਿਆ ਅੰਸਰ ਕਸਾਈ ਦੀ ਟੀਮ ਦਾ ਸਨੀ ਗੁੱਜਰ ਸਨੀ ਗੁੱਜਰ ਕੰਗਾ ਵੱਲੋਂ 97 ਕੰਗਾ ਵੱਲੋਂ ਆਪਣੇ ਗੁਆਂਢੀ ਪਿੰਡ ਲੱਗਾ ਜੀ ਟੋਕਾ 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 ਤੇ ਸਨੀ ਗੁੱਜਰ ਤਾੜੀਆਂ ਮਾਰੋ ਜਰਾ ਟੋਕਾ ਤੇ ਸਨੀ ਗੁੱਜਰ ਟੋਕਾ ਜੀ ਉਹ ਟੋਕਾ ਲੱਗਾ ਹੋਇਆ ਜੀ ਉਹ ਪਿੰਡ ਸਜਾਦਾ ਓਪਨ ਖੇਡਣ ਡਿਆ ਮੁੰਡਾ
ਟੋਕਾ ਤੇ ਸਨੀ ਗੁੱਜਰ ਸਨੀ ਗੁੱਜਰ ਨੰਬਰ ਹੋ ਗਿਆ ਜੀ ਟੋਕੇ ਦਾ ਗੁਲਾਮ ਫਰੀਦ ਟੋਕਾ ਕੱਢੀ ਪਾਉਣ ਵਾਸਤੇ ਸ਼ਰਾਮ ਸਾਜਦ ਭੱਟੋ ਭਾਈ ਮੁਹੰਮਦ ਸ਼ਫੀਕ ਹਾਜੀ ਨਬੀਲ ਹਾਜੀ ਤਾਲਬ ਰਾਣਾ ਮੋਹਸਨ ਰਾਣਾ ਫੈਸਲ ਮੀਆਂ ਤਾਹਰ ਅੱਲਾ ਦਿੱਤਾ ਮਿਸਤਰੀ ਸ਼ੋਏ ਮਿਓ ਸਾਜਦ ਆਫ ਦੁਬਈ ਸਰਦਾਰ ਇਲੈਕਟ੍ਰੀਸ਼ਨ ਰਾਣਾ ਆਰਫ ਸ਼ਰਾਮ ਸਾਜਦ ਭੱਟੋ ਲੱਗਾ ਹੋਇਆ ਰਾਣਾ ਅਨਸਰ ਜੀ ਇਹ ਨੰਬਰ ਹੋ ਗਿਆ ਰਾਣੇ ਅਨਸਰ ਦਾ ਸੋਹਣਾ ਸ਼ਰੀਕਾ ਪਿੱਟਿਆ ਮੁੰਡੇ ਨੇ ਕਮੈਂਟ ਵੀ ਕੀ ਕਰਨੀ ਹੈ ਮੈਨੂੰ ਤਾਂ ਸਮਝ ਮੈਨੂੰ ਤਾਂ ਦਿਖਣਾ ਵੱਡੀ ਟੀਮਾਂ ਚੱਲ ਵੀ ਰਾਣਾ ਫੈਸਲ ਰਾਣਾ ਅਰਫਾਨ ਰਾਣਾ ਅਰਫਾਨ ਰਾਣਾ ਅਬਦੁੱਲਾ ਅਕਰਮ ਰਾਣਾ ਗੁਲਾਮ ਮੁਰਤਜ਼ਾ ਸੌ ਵਾਲੀਆ ਰਾਣਾ ਖਲੀਲ ਸੌ ਵਾਲੀਆ ਰਾਣਾ ਸ਼ਾਮ ਦੁਬਈ ਤੈਮੂਰ ਕੰਬੋ ਦੁਬਈ ਰਾਣਾ ਅਲੀ ਦੁਬਈ ਅਤੇ ਸ਼ਕੂਰ ਕਸਾਈ ਤਈਆ ਮਲਕ ਮੁਨਸ਼ੀ ਮਸ਼ਤਾਕ ਦਾ ਪੁੱਤ ਜ਼ੀ ਸ਼ਾਨ ਇਹਨਾਂ ਵੀਰਾਂ ਦੇ ਪਿਆਰ ਦੇ ਨਾਲ ਇਹ ਮੇਲਾ ਸੱਜਿਆ 58 ਚੱਕ 'ਚ ਇਨਸ਼ਾਅੱਲਾ ਕੱਲ੍ਹ ਨੂੰ ਸਾਰਾ ਕੁਛ ਹੀ ਠੀਕ ਹੋ ਜਾਏਗਾ ਅੱਜ ਤਾਂ ਸਾਊਂਡ ਵਾਲੇ ਨੇ ਵੀ ਸਾਡੇ ਨਾਲ ਮਾਸ਼ਾਅੱਲਾ ਬਹੁਤ ਹੀ ਚੰਗੀ ਕੀਤੀ ਆ ਕਬੱਡੀ ਪਾਉਣ ਵਾਸਤੇ ਅਦਨਾਨ ਚੱਲ ਵੀ ਮੁੰਡਾ ਆਇਆ 37 ਚੱਕ ਅੱਲੋਂ ਅਨਸਰ ਕਸਾਈ ਦੀ ਟੀਮ ਅਗਲੇ ਪਾਸੇ ਰਾਣੇ ਅਨਸਰ ਅਰਗੇ ਸ਼ਹਜ਼ਾਦੇ ਖੜੇ ਆ ਜਨੇਦ ਜੱਟ ਖੜਾ ਲੱਗ ਗਿਆ ਜੀ ਮੁੰਡਾ ਜ਼ਾਹਦ ਲੱਗਾ ਜ਼ਾਹਦ ਲੱਗਾ ਇੱਕ ਸਾਡੇ ਪਿੰਡ ਦਾ ਰਾਣਾ ਜ਼ਾਹਦ ਅਤੇ ਰਾਣਾ ਉਮਰ ਕਬੱਡੀ ਦੇ ਪਲੇਅਰ ਆ ਅਤੇ ਅੱਲਾ ਖੈਰ ਕਰੇ ਦੋ ਤਿੰਨ ਮੁੰਡੇ ਨਵੇਂ ਵੀ ਬੱਚੇ ਆ ਰਹੇ ਇਨਸ਼ਾਅੱਲਾ ਅੱਲਾ ਖੈਰ ਕਰੇ ਜਿਨ੍ਹਾਂ ਦੀ ਵਜ੍ਹਾ ਤੋਂ ਇਹ ਮੇਲਾ ਸਜਾਇਆ ਇਨਸ਼ਾਅੱਲਾ ਇੱਕ ਦਿਨ ਉਹ ਵੀ ਗਰਾਊਂਡਾਂ ਦੇ ਵਿੱਚ ਆਉਣਗੇ ਕਬੱਡੀ ਪਾਉਣ ਵਾਸਤੇ ਰਾਣਾ ਵਾਜਦ ਰਾਣੇ ਵਾਜਦ ਨੂੰ ਲੱਗ ਗਿਆ ਕਮਾਲਾ ਰਾਣਾ ਵਾਜਦ 97 ਕੰਗਾ ਅਤੇ ਜਾਪੀ ਤਾੜੀ ਮਾਰੋ ਯਾਰ ਤਾੜੀ ਮਾਰ ਕੇ ਰੱਖੋ ਇਹਨਾਂ ਮੁੰਡਿਆਂ ਲਈ ਜੋਸ਼ ਉਡਾੜਿਆ ਨੰਬਰ ਹੋ ਗਿਆ ਜੀ ਬਹੁਤ ਆਲਾ ਬਹੁਤ ਆਲਾ ਸਾਡੇ ਸ਼ਹਿਜ਼ਾਦੇ ਵੀਰ ਨੂੰ ਪਲੇਅਰ ਦੀ ਹੌਸਲਾ ਅਫਜ਼ਾਈ ਬਹੁਤ ਸ਼ੁਕਰੀਆ ਭਾਈ ਮੁਸ਼ਤਾਕ ਜੀ ਸਾਰਾ ਪਿੰਡ ਹੀ ਪੂਰੇ ਪਿੰਡ ਦਾ ਇਹ ਮੇਲਾ ਕਿਸੇ ਇੱਕ ਬੰਦੇ ਦਾ ਨਹੀਂ ਕਿਸੇ ਇੱਕ ਬਰਾਦਰੀ ਦਾ ਨਹੀਂ ਪੂਰੇ 58 ਚੱਕ ਦੀਆਂ ਇਹ ਮੁਹੱਬਤਾਂ ਮੇਲਾ 58 ਦਾ ਤਾਂ ਹੀ ਲਿਖਿਆ ਸੀ ਕਿ ਪੂਰੇ ਪਿੰਡ ਦਾ ਮੇਲਾ ਹੈ ਬਹੁਤ ਸ਼ੁਕਰੀਆ ਸਾਰੇ ਸਾਡੇ ਕਰਮਾਂ ਵਾਲੇ ਭਾਗਾਂ ਵਾਲੇ ਇਸ ਪਿੰਡ ਦੀ ਮੁਹੱਬਤ ਆ ਜਿਹਦੀ ਵਜ੍ਹਾ ਤੋਂ ਇਹ ਮੇਲਾ ਸਜਿਆ ਪੂਰੇ ਪਿੰਡ ਦਾ ਇਹ ਮੇਲਾ ਵਾ ਕਿਸੇ ਇੱਕ ਬਰਾਦਰੀ ਦਾ ਨਹੀਂ ਕਿਸੇ ਇੱਕ ਬੰਦੇ ਦਾ ਨਹੀਂ ਮੇਲਾ ਪੂਰੇ ਪਿੰਡ 58 ਚੱਕ ਦਾ ਇਹ ਨਾਂ ਵਾ ਅੱਲਾ ਪਾਕ ਸਲਾਮਤ ਰੱਖੇ ਸਾਡੇ ਇਸ ਕਰਮਾਂ ਵਾਲੇ ਭਾਗਾਂ ਵਾਲੇ ਪਿੰਡ ਨੂੰ ਆਹ ਲੱਗਾ ਧਾਨਾ ਧਾਨਾ ਜੱਟ ਮਾਨੇ ਜੱਟ ਦਾ ਸ਼ਗਿਰਦਾ ਦੂਜੇ ਪਾਸੇ ਸਜਾਦ ਗੁੱਜਰ ਦਾ ਹੀਰਾ ਨੰਬਰ ਹੋ ਗਿਆ ਸਨੀ ਗੁੱਜਰ ਦਾ ਕਬੱਡੀ ਪਾਊਗਾ ਫਿਰ ਇੱਕ ਵਾਰੀ ਧਾਨੀ ਇੱਕ ਪਾਸੇ ਰਾਣਾ ਜ਼ਾਹਦ ਰਾਣੇ ਆਰਫ ਦਾ ਪੁੱਤ ਰਾਣੇ ਸਦੀਕ ਮੈਂਬਰ ਦਾ ਪੋਤਾ ਵਾ ਲੈਂਡਮੈਨ ਦੂਸਰੇ ਪਾਸੇ ਰਾਣਾ ਉਮਰ ਉਮਰ ਉਧਰੋਂ ਕਿੱਧਰ ਗਿਆ ਵਾ ਜ਼ਾਹਦ ਉਸ ਮੈਚ ਦਾ ਭਾਜੀ ਲਿੰਕ ਹੁਣੇ ਆ ਜਾਏਗਾ ਤੁਹਾਨੂੰ ਜਦੋਂ ਮੈਚ ਸ਼ੁਰੂ ਹੋ ਗਿਆ ਉਸੇ ਟਾਈਮ ਫੇਸਬੁੱਕ ਦਾ ਨੋਟੀਫਿਕੇਸ਼ਨ ਆ ਜਾਏਗਾ ਤੁਹਾਨੂੰ ਦਾਨਾ ਤੇ ਰਾਣਾ ਅਨਸਰ ਨੰਬਰ ਹੋ ਗਿਆ ਜੀ ਦਾਨੇ ਦਾ ਨੰਬਰ ਹੋ ਗਿਆ 33 ਚੱਕ ਦਾ ਨੰਬਰ ਅਨਸਰ ਕਸਾਈ ਦਾ ਅਗਲੀ ਕਬੱਡੀ ਪਾਉਣ ਵਾਸਤੇ ਰਾਣਾ ਅਰਫਾਨ ਰਾਜਪੂਤਾਂ ਦਾ ਪੋਤਾ ਅਗਲੀਆਂ ਟੀਮਾਂ ਭਾਈ ਜਾਨ ਨਵਾਜ਼ ਬਾਜਾ ਜੀ ਤੇ ਅਲੀ ਗੁੱਜਰ ਦੀ ਟੀਮ ਲੈ ਆਓ ਗੁਲਾਮ ਫਰੀਦ ਰਾਣਾ ਅਰਫਾਨ ਜੀ ਉਹ ਬਸ਼ਰਾ ਤਾੜੀ ਮਾਰੋ ਯਾਰ ਤਾੜੀ ਮਾਰੋ ਬੱਲੇ ਬੱਲੇ ਵੈਰੀ ਗੁੱਡ ਨੰਬਰ ਹੋ ਗਿਆ ਰਾਣੇ ਅਰਫਾਨ ਦਾ ਨੰਬਰ ਹੋ ਗਿਆ 97 ਕੰਗਾ ਰਾਣੇ ਕਾਸ਼ੀ ਖਾਂ ਦਾ ਕਬੱਡੀ ਪਾਉਣ ਵਾਸਤੇ ਸ਼ਰਾਮ ਸਾਜਦ ਭੱਟੋ ਸ਼ਰਾਮ ਸਾਜਦ ਭੱਟੋ ਚੱਲ ਵੀ ਭੱਟੋ ਸ਼ਹਿਜ਼ਾਦਿਆ ਆਹ ਹੈ ਜੀਓ ਮੁੰਡਿਆ ਲੱਗਾ ਜਨੇਦ ਜੱਟ ਮਾਸਟਰ ਇਕਬਾਲ ਦਾ ਪੋਤਾ ਆਪਣੇ ਪਿੰਡ ਦੇ ਕਬੱਡੀ ਦਾ ਸਟਾਰ ਉਹਦਾ ਪੋਤਾ ਨੰਬਰ ਹੋ ਗਿਆ ਜੀ ਸ਼ਰਾਮ ਸਾਜਦ ਭੱਟੋ ਦਾ 44 ਸ਼ਬਾਦ ਅਲੀ ਬੰਦੇਸ਼ੇ ਦੇ ਸ਼ਗਿਰਦ ਦਾ ਨੰਬਰ ਕਬੱਡੀ ਪਾਊਗਾ ਰਾਣਾ ਵਾਜਦ ਰਾਣਾ ਵਾਜਦ ਧਾਨਾ ਗੁਲਾਮ ਫਰੀਦ ਟੋਕਾ ਅਰਫਾਨ ਗੁੱਜਰ ਚਾਰ ਜਾਫੀ 33 ਚੱਕ ਦੇ ਉਸਤਾਦ ਨਦੀਮ ਗੁੱਜਰ ਦੀਆਂ ਮੁਹੱਬਤਾਂ ਟ੍ਰੇਨ ਗਏ ਇਹਨਾਂ ਮੁੰਡਿਆਂ ਨੂੰ ਧਾਨਾ ਲੱਗਾ ਫੇਰ ਧਾਨਾ ਤੇ ਰਾਣਾ ਵਾਜਦ ਨੰਬਰ ਹੋ ਗਿਆ ਜੀ ਰਾਣੀ ਵਾਜਦ ਦਾ ਨੰਬਰ ਹੋ ਗਿਆ 97 ਕੰਗਾ ਦਾ ਟੀਮਾਂ ਆ ਜਾਓ ਭਾਈ ਜਾਨ ਟੀਮਾਂ ਗਰਾਊਂਡ 'ਚ ਆ ਜਾਓ 75 ਲੱਖ ਤੇ 34 ਚੱਕ ਭਾਈ ਜਾਨ ਉਹ ਮੈਚ ਜਿਹੜਾ ਹੈ ਉਹ ਗਿੱਦੜ ਪਿੰਡੀ ਦਾ ਦੁਬਾਰਾ ਨੋਟੀਫਿਕੇਸ਼ਨ ਆਏਗਾ ਜੜਾਂ ਵਾਲਾ ਤੇ ਗੱਡੀਆਂ ਵਾਲਾ ਉਹ ਵੀ ਟੀਮ ਤਿਆਰ ਹੋਵੇ ਭਾਈ ਜਾਨ ਜੜਾਂ ਵਾਲਾ ਤੇ ਗੱਡੀਆਂ ਵਾਲਾ ਨੰਬਰ ਹੋ ਗਿਆ ਜੀ
ਉਹ ਮੈਚ ਸਮੁੰਦਰੀ ਹੋਣਾ ਇਹ ਮੈਚ ਜੜਾਂ ਵਾਲੇ ਹੋ ਰਿਹਾ ਭਾਈ 33 ਚੱਕ ਦਾ ਨੰਬਰ 33 ਚੱਕ ਦਾ ਬਹੁਤ ਸ਼ੁਕਰੀਆ ਬਹੁਤ ਮੁਹੱਬਤਾਂ ਪੂਰੇ ਪਿੰਡ ਦੀਆਂ 58 ਚੱਕ ਪੂਰੇ ਪਿੰਡ ਦੀਆਂ ਮੁਹੱਬਤਾਂ ਸਾਡਾ ਸ਼ਹਿਜ਼ਾਦਾ ਵੀਰ ਭਾਈ ਮੁਹੰਮਦ ਸ਼ਫੀਕ ਹਾਜੀ ਨਬੀਲ ਤਾਲਬ ਤੇ ਰਾਣਾ ਮੋਹਸਨ ਇਹ ਮੇਰਾ ਇੱਕ ਨਿੱਕਾ ਵੀਰ ਆ ਇੱਕ ਵੱਡਾ ਵੀਰ ਆ ਇਹਨਾਂ ਵੀਰਾਂ ਦੀਆਂ ਮੁਹੱਬਤਾਂ ਦੇ ਨਾਲ ਇਸ ਟੂਰਨਾਮੈਂਟ ਦੀ ਬੜੀ ਰੌਣਕ ਬਣੀ ਰਾਣਾ ਅਬਦੁੱਲਾ ਰਾਣਾ ਗੁਲਾਮ ਮੁਰਤਜ਼ਾ ਸੌਂ ਵਾਲੀਆ ਤੇ ਰਾਣਾ ਖਲੀਲ ਸੌਂ ਵਾਲੀਆ ਇਹਨਾਂ ਵੀਰਾਂ ਦੀਆਂ ਮੁਹੱਬਤਾਂ ਰਾਣਾ ਸ਼ਾਨ ਰਾਣਾ ਅਲੀ ਸ਼ਕੂਰ ਕਸਾਈ ਤੈਮੂਰ ਕੰਬੋ ਤਈਆ ਮਲਕ ਜ਼ੀਸ਼ਾਨ ਮੁਨਸ਼ੀ ਮਸ਼ਤਾਕ ਦਾ ਪੁੱਤ ਰਾਣਾ ਮਕਸੂਰ ਬਾਬਰ ਵੱਡੇ ਖੂਹ ਵਾਲਾ ਰਾਣਾ ਆਰਫ ਜੇਸ ਵੀਰੇ ਨੇ ਗਰਾਊਂਡ ਬਣਾ ਕੇ ਦਿੱਤਾ ਸਾਨੂੰ ਸਰਦਾਰ ਇਲੈਕਟ੍ਰੀਸ਼ਨ ਜਿਹਨੇ ਪੈਲੀ ਦਿੱਤੀ ਗਰਾਊਂਡ ਵਾਸਤੇ ਭਾਈ ਅੱਲਾ ਦਿੱਤਾ ਮਿਸਤਰੀ ਸ਼ੇ ਮਿਓ ਅਤੀਕ ਮਿਓ ਅੱਲਾ ਪਾਕ ਜਨਤਾ ਦੇ ਵਿੱਚ ਜਗ੍ਹਾ ਦੇਵੇ ਉਹਦਾ ਨਿੱਕਾ ਵੀਰ ਸਾਜਦ ਆਫ ਦੁਬਈ ਤੇ ਰਾਣਾ ਫੈਸਲ ਤੇ ਮੀਆਂ ਤਾਹਰ ਇਹਨਾਂ ਵੀਰਾਂ ਦੀਆਂ ਵੀ ਮੁਹੱਬਤਾਂ ਪੂਰੀਆਂ ਨੰਬਰ ਹੋ ਗਿਆ ਜੀ ਸਾਈ ਦਾ ਨੰਬਰ ਹੋ ਗਿਆ ਅਦਨਾਨ ਦਾ ਤਾੜੀ ਮਾਰ ਕੇ ਰੱਖਣੀ 58 ਵਾਲੇ ਤਾੜੀ ਪੂਰੀ ਮਾਰ ਕੇ ਰੱਖਣੀ ਇਹਨਾਂ ਮੁੰਡਿਆਂ ਲਈ ਅੱਲਾ ਪਾਕ ਇਹਨਾਂ ਨੂੰ ਸਲਾਮਤ ਰੱਖੇ ਆਉਣ ਵਾਲੇ ਵਕਤ ਦੇ ਵਿੱਚ ਇਹਨਾਂ ਦੇ ਪਾਕਿਸਤਾਨ ਦੇ ਹੀਰੇ ਕੌਮੀ ਟੀਮ ਦਾ ਪਲੇਅਰ ਸ਼ਰਾਮ ਸਾਜਿਦ ਭੱਟੋ ਜਿਹਨੇ ਆਸਟ੍ਰੇਲੀਆ ਦੇ ਲਈ ਧੰਨ ਧੰਨ ਕਰਾਈ ਦੂਜੇ ਪਾਸੇ ਰਾਣਾ ਅਨਸਰ ਰਾਣਾ ਅਨਸਰ ਇੰਟਰਨੈਸ਼ਨਲ ਮੁੰਡੇ ਖੇਡਣ ਡਏ ਆ ਬੜੀ ਗੱਲ ਆ ਇਹਨਾਂ ਮੁੰਡਿਆਂ ਦਾ ਸਾਡੇ ਇਸ ਕਰਮ ਵਾਲੇ ਭਾਗਾਂ ਵਾਲੇ ਪਿੰਡ ਦੇ ਵਿੱਚ ਆਉਣਾ ਕਬੱਡੀ ਪਾਉਣ ਵਾਸਤੇ ਧਾਨਾ ਫਿਰ ਆ ਗਿਆ ਜੀ ਇੱਕ ਵਾਰੀ 33 ਚੱਕ ਲਓ 33 ਚੱਕ ਲਓ ਹਾਜੀ ਸਪੋਰਟਸ ਸਮੁੰਦਰੀ ਵੱਲੋਂ ਇੱਕ ਟਰੋਜ਼ਰ ਅਤੇ ਇੱਕ ਕਿੱਟ ਬੈਸ ਸਾਈ ਨੂੰ ਇੱਕ ਟਰੋਜ਼ਰ ਅਤੇ ਇੱਕ ਕਿੱਟ ਬੈਸ ਜਾਫੀ ਨੂੰ ਹਰ ਮੈਚ ਦੇਣ ਗਰਾਊਂਡ 'ਚ ਆ ਜਾਓ ਯਾਰ 33 ਚੱਕ ਅਤੇ 75 ਲਓਗੇ 34 ਚੱਕ ਅਤੇ 75 ਲਓਗੇ ਗਰਾਊਂਡ 'ਚ ਆ ਜਾਓ 75 ਲਓਗੇ ਅਤੇ 34 ਚੱਕ ਗਰਾਊਂਡ 'ਚ ਆ ਜਾਓ ਭਾਜੀ ਰਾਣਾ ਇਰਫਾਨ ਗਰਾਊਂਡ 'ਚ ਆ ਜਾਓ ਭਾਜੀ ਗਰਾਊਂਡ 'ਚ ਆ ਜਾਓ ਬਰਾਏ ਮਿਹਰਬਾਨੀ ਰਾਣਾ ਇਰਫਾਨ ਰਾਣਾ ਇਰਫਾਨ ਤੇ ਖਾਨਾ ਕੁੱਛਾ ਨੰਬਰ ਹੋ ਗਿਆ ਰਾਣੇ ਇਰਫਾਨ ਦਾ ਨੰਬਰ ਹੋ ਗਿਆ ਰਾਣੇ ਦਾ ਨੰਬਰ ਹੋ ਗਿਆ 97 ਕੰਗਾਂ ਦਾ ਸ਼ਰਾਮ ਸਾਜਿਦ ਭੱਟੋ ਚੱਲ ਵੀ ਭੱਟੋ ਸ਼ਰਾਮ ਸਾਜਿਦ ਭੱਟੋ ਦੀ ਕਬੱਡੀ ਅਗਲੀ ਕਿਹੜੇ ਮੁੰਡੇ ਨੂੰ ਟੱਚ ਪਾਊਗਾ ਜਨੇਤ ਜੱਟ ਨੂੰ ਗੱਲਾਂ ਚਾਰ ਸ਼ਹਿਜ਼ਾਦੇ ਖੜੇ ਆ ਅਸਦ ਵੀ ਖੜਾ ਰਾਣੇ ਕਾਸ਼ੀ ਖਾਨ ਦੀਆਂ ਮਿਹਨਤਾਂ ਮੁੰਡਿਆਂ ਦੇ ਵਿੱਚ ਸ਼ਰਾਮ ਸਾਜਿਦ ਭੱਟੋ ਚਾਰ ਜਾਫੀਆਂ ਦੀ ਬਣੀ ਹੋਈ ਸੰਗਲੀ ਦੇ ਵਿੱਚੋਂ ਜਨੇਤ ਜੱਟ ਲਗਾਈ ਜਨੇਤ ਜੱਟ ਤੇ ਸ਼ਰਾਮ ਸਾਜਿਦ ਭੱਟੋ ਨੰਬਰ ਹੋ ਗਿਆ ਸ਼ਰਾਮ ਸਾਜਿਦ ਭੱਟੋ ਦਾ ਨੰਬਰ ਉਮਰ ਹੈ ਲੈਨਮੈਨ ਬਾਹਰ ਹੁੰਦਾ ਤੂੰ ਨਾਲ ਹੀ ਭੱਜਿਆ ਫਿਰਦਾ ਪੁੱਤ ਬਾਹਰਲੇ ਪਾਸੇ ਉਹ ਪੁੱਤ ਲੈਣ ਤੋਂ ਬਾਹਰਲੇ ਪਾਸੇ ਅਸੂਲੇ ਵਾਲਾ ਕੰਮ ਕਰੋ ਜਦੋਂ ਅਸੀਂ ਕਿਸੇ ਨੂੰ ਆਪ ਵੜਾਂਗੇ ਤਾਂ ਦੂਸਰਾ ਵੀ ਵੜੂਗਾ 33 ਦੇ ਨਾਲ ਤਿੰਨ ਮੁੰਡੇ ਵਿੱਚ ਬੈਠੇ ਆ ਮੈਂ ਬਸ ਚੁੱਪ ਹੀ ਕਰ ਗਿਆ ਵਾਂ ਕੋਈ ਨਹੀਂ ਅਗਲੇ ਮੈਚ ਇਨਸ਼ਾਅੱਲਾ ਕਰ ਲਾਂਗੇ ਆਪ ਜਿਹੜੇ ਬਾਹਰ ਖਲੋਣ ਕਰਾਉਣ ਵਾਲੇ ਕੋਚ ਨਹੀਂ ਸਾਨੂੰ ਚਾਹੀਦੇ ਭਾਅ ਜੀ ਬਾਅਦ 'ਚ ਨਾ ਗੁੱਸਾ ਕਰਿਓ ਕੋਈ ਵੀ ਉੱਧਰ ਦੇ ਜਿਹੜਾ ਗੁਲਾਮ ਫਰੀਦ ਟੋਕਾ ਲੱਗਾ ਹੋਇਆ ਗੁਲਾਮ ਫਰੀਦ ਟੋਕਾ ਮੁਦੱਸਰ ਮੱਛੋ ਦੇ ਨਾਲ ਇਹ ਹੁੰਦਾ ਮੁੰਡਾ ਅਸ਼ਫਾਕ ਸ਼ਾਕਣ ਸ਼ੇਰ ਦਿਲ ਦਾ ਸ਼ਗਿਰਦਾ ਨੰਬਰ ਹੋ ਗਿਆ ਗੁਲਾਮ ਫਰੀਦ ਟੋਕੇ ਦਾ ਨੰਬਰ ਹੋ ਗਿਆ ਲਓ ਜੀ ਰਾਣਾ ਸਈਦ ਵੀ ਲੈ ਕੇ ਆ ਗਿਆ ਨਵਾਜ਼ ਬਾਜਾ ਕਬੱਡੀ ਕਲੱਬ ਗਰਾਊਂਡ ਦੇ ਵਿੱਚ ਉਸਾਮਾ ਖੀਲਾ ਉਮਰ ਫਰਾਦ ਵਾਣ ਵੈਸ ਤੌਲਾ ਮਲੰਗ ਕਾਸ਼ ਜੱਟ ਮੋਛਾ ਟੀਮ ਆ ਗਈ ਜੀ ਗਰਾਊਂਡ ਦੇ ਵਿੱਚ ਮੀਆਂ ਕਾਸਮ ਇਹ ਟੀਮ ਆ ਜੀ 75 ਲੋਕੇ ਨੰਬਰ ਹੋ ਗਿਆ ਜੀ ਧਾਨੇ ਦਾ ਨੰਬਰ ਹੋ ਗਿਆ ਭਾਜੀ ਕਿ ਕਿੰਨਾ ਟਾਈਮ ਰਹਿ ਗਿਆ ਅਗਲੀਆਂ ਟੀਮਾਂ ਭਾਈ ਜਾਨ 34 ਚੱਕ ਦੀ ਆਓ ਗਰਾਊਂਡ 34 ਚੱਕ ਉਹ ਬਾਈ ਐਨ ਹੋਇਆ ਉਹਦਾ ਰਸ ਕੁਛ ਛਾਤਾ ਕੁਮਾਰ ਜੀ ਟੀਮ ਲੈ ਆਓ ਗਰਾਊਂਡ ਚੋਣ ਜੇ ਮੈਚ ਦੇ ਵਿੱਚ ਆ ਗਏ ਠੀਕ ਆ ਨੰਬਰ ਹੋ ਗਿਆ ਜੀ ਯਾਰੋ ਪਾਣੀ ਨੰਬਰ ਹੋ ਗਿਆ ਜੀ 33 ਚੱਕ ਦਾ ਅਨਸਰ ਕਸਾਈ ਦੀ ਟੀਮ ਦਾ ਭਾਈ ਨਵਾਜ਼ ਕਸਾਈ ਵੱਡੇ ਪੰਜ ਚੱਕ ਵਾਲੇ ਭਾਜੀ ਸਟੇਜ ਤੇ ਆ ਜਾਓ ਭਾਈ ਨਵਾਜ਼ ਕਸਾਈ ਸਾਹਿਬ ਸਟੇਜ ਤੇ ਆ ਜਾਓ ਧਾਨਾ ਧਾਨਾ ਤੇ ਰਾਣਾ ਰਾਣਾ ਬਾਜੇ ਤੇ ਧਾਨਾ ਮੁੰਡੇ ਦਾ ਜੋੜ ਵੇਖੋ ਜਰਾ ਇਹ ਜੀਓ ਸ਼ਹਿਜ਼ਾਦਿਆ ਇੱਕ ਪਾਸੇ ਕਲਟਸ ਗੱਡੀ ਦੂਜੇ ਪਾਸੇ ਨਿਸ਼ਾਨ ਟਰਾਲਾ ਨੰਬਰ ਹੋ ਗਿਆ ਰਾਣੇ ਫਾਜ਼ਰ ਦਾ ਪਤਾ ਨਹੀਂ ਪੁਆਇੰਟ ਉਹ ਪਰਲੀ ਸਾਈਡ ਦੇ ਹੁੰਦਾ ਹੈ ਨਹੀਂ ਨਾ ਦੇ ਵਾਦੀ
ਰਿਸ਼ਤੇਦਾਰਿਆ ਆ ਲੱਗਾ ਹੀ ਰਾਣਾ ਅੰਸਾ ਰਾਣਾ ਅੰਸਾ ਰਾਣਾ ਅੰਸਾ ਬੱਲੇ ਬੱਲੇ ਰਾਣਾ ਅੰਸਰ ਤੇ ਅਦਨਾ ਰਾਣਾ 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 ਜੀਓ ਰਾਣਾ ਨੰਬਰ ਹੋ ਗਿਆ ਜੀ 33 ਚੱਕ ਦਾ ਨੰਬਰ ਹੋ ਗਿਆ 33 ਚੱਕ ਦਾ ਮੈਚ ਮੁੱਕ ਗਿਆ ਜੀ ਸਕੋਰ ਦੱਸੀ ਭਾਈ 97 ਕੰਗਾਂ ਦੇ 8 ਨੰਬਰਾਂ ਦਾ ਫਰਕ ਦੋਵੇਂ ਟੀਮਾਂ ਭਾਜੀ ਬਾਹਰ ਹੋ ਜਾਓ ਬਰਾਈ ਮਿਹਰਬਾਨੀ ਬਾਹਰ ਹੋ ਜਾਓ ਇੱਕ ਮਿੰਟ 'ਚ